ਹਾਂਜੀ ਜੀ ਗਾਈਸ, ਤੇ ਆਪਾਂ ਚੱਲੇ ਹਾਂ ਭੈਣ ਦਾ ਸਸੂਰ ਲੈਣ ਚੱਲੇ ਆਪਾਂ, ਤੇ ਉਹ ਥੋੜ੍ਹਾ ਜਿਹਾ ਹੋਰ ਸਮਾਨ ਜਿਹਾ ਲੈਣ ਜਾਣਾ ਨਾ ਮਨਪ੍ਰੀਤ ਦਾ, ਤੇ ਆ ਜਾਓ ਫਿਰ, ਤੇ ਚਲੋ ਫਿਰ ਆ ਜਾਓ ਲੈਸਕੋ। ਹਾਂਜੀ ਤੇ ਆਪਾਂ ਹੁਣ ਸਾਰੇ ਰੈਡੀ ਹੋ ਗਏ ਹਾਂ, ਮੰਮੀ ਵੀ ਰੈਡੀ ਹੋ ਗਏ, ਉੱਧਰ ਗੁੱਪੂ ਚਲੋ ਚੱਲੀਏ ਫਿਰ, ਅਤੇ ਉੱਧਰ ਪਾਪਾ ਵੀ ਹੋ ਗਏ ਰੈਡੀ, ਅਤੇ ਇੱਧਰ ਗੋਪੀ। ਬਸ ਬਸ ਅੰਦਰ ਸ਼ੀਸ਼ਾ ਨਹੀਂ ਹੈਗਾ ਸੀ, ਉੱਧਰ ਪਾਪਾ ਹੱਸੀ ਜਾਂਦੇ ਗੋਪੀ ਦੇ ਲੋਕ ਲਾ ਦਿਓ, ਲੱਗ ਗਿਆ, ਦੇਖ ਲਿਓ ਕੋਈ ਰਸੋਈ ਬਾਤ ਆ, ਚਲੋ ਕੱਢੋ ਮੋਟਰਸਾਈਕਲ ਬਾਹਰ। ਪੁਆਣਾ ਆ ਨਾ, ਮੂੰਹ ਵੀ ਟੁੱਟ ਗਿਆ ਸਾਰਾ ਹੀ, ਇੱਧਰ ਮੂੰਹ ਵੀ ਟੁੱਟ ਗਿਆ ਮੋਟਰਸਾਈਕਲ। ਉਧਰੋਂ ਨਹੀਂ ਜਾਣਾ, ਇਧਰੋਂ ਹੀ ਜਾਣਾ। ਬੰਦ ਹੀ ਹੋਈ ਜਾਂਦਾ ਮੋਟਰਸਾਈਕਲ, ਸਟਾਰਟ ਕਰਕੇ ਖੜਾ ਲਓ ਨਾ ਦੋ ਮਿੰਟ। ਲੈ ਫੇਰ ਬੰਦ ਹੋ ਗਿਆ, ਤੇ ਉੱਧਰ ਅੱਗੇ ਪਾਪਾ ਹੁਣੀ ਜਾਂਦੇ, ਤੇ ਵਿੱਚ ਆਪਾਂ। ਧੁੰਦ ਹਜੇ ਵੀ ਪਈ ਆ, 1 ਵਜ ਗਿਆ ਪਰ ਧੁੰਦ ਹਜੇ ਵੀ ਨਹੀਂ। ਸਿੱਕਾ ਕੇ ਵਾਸਤੇ ਉਹਨਾਂ ਨੂੰ ਕਰਨ ਲੱਗੇ ਵਾਲੀ ਕਰਨ ਲੱਗੇ ਵਾਲੀਆਂ। ਲਓ ਜੀ ਸੋਹਣਾ ਕਿੰਨੇ ਦਾ, 1060 ਰੁਪਏ ਦਾ। ਬਰਗਰ ਮੰਮੀ ਹੁਣੀ ਉੱਧਰ ਗਏ ਸਮਾਨ ਲੈਣ ਪੰਜੀਰੀ ਦਾ, ਤੇ ਅਸੀਂ ਕੱਪੜੇ ਲੈ ਕੇ ਇੱਧਰ ਨੂੰ ਆ ਗਏ, ਹੁਣ ਅਸੀਂ ਕਦੀ ਮਨਚੂਰੀਅਨ ਕਦੀ ਵੀ ਬਰਗਰ ਇੱਧਰ ਵੇ। ਮੈਨੂੰ ਮਿਲਿਆ ਇੱਕ ਵਾਰੀ ਪੁੱਛਿਆ ਨੀ, ਹਾਂ ਗੋਪੀ ਮੇਰਾ ਪੁੱਤ ਖਾ ਲਓ, ਰਹਿਣ ਦੇ ਆਪ ਖਾ ਗਏ, ਮੈਨੂੰ ਕਿਆ ਕਿਆ ਹੋਏ ਇਹਨੂੰ ਆਉਂਦੇ ਵੀ ਨਹੀਂ, ਢਿੱਡ ਭਰਿਆ ਕਿ ਫੇਰ ਕਿੱਦਾਂ ਖਾਣਾ, ਢਿੱਡ ਭਰ ਤਾਂ ਲਿਓ। ਹਾਂਜੀ ਜੀ, ਆ ਮੇਰੀ ਜਿਹੜੀ ਮੇਰੇ ਮਾਮੇ ਦੀ ਕੁੜੀ ਦਾ ਚੈਨਲ ਆ, ਇਹ ਕਰਦੀ ਕੁਕਿੰਗ, ਅਤੇ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਫੋਲੋ ਕਰਨਾ, ਠੀਕ ਆ, ਬਹੁਤ ਵਧੀਆ ਕਰਦੀ ਆ, ਅਤੇ ਮੈਨੂੰ ਵੀ ਯੂਟਿਊਬ 'ਤੇ ਮੈਂ ਉਹ ਵੀ ਪਾ ਦਿੰਦਾ ਲਿੰਕ ਵੀ, ਹੈ ਨਾ, ਮੈਂ ਪਾ ਦਿੰਦਾ, ਇਹਨੂੰ ਜਾ ਕੇ ਵੱਧ ਤੋਂ ਵੱਧ ਕਰਨਾ ਸਪੋਰਟ।
ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਾ ਕੇ, ਅਗਰ ਤੁਸੀਂ ਵੀ ਕਿਸੇ ਵੀ ਚੀਜ਼ ਦੀ ਰੈਸਪੀ ਦੇਖਣੀ ਹੈ ਤੇ ਚੈਨਲ ਨੂੰ ਤੁਸੀਂ ਖੋਲ ਕੇ ਦੇਖ ਸਕਦੇ ਹੋ, ਚੈਨਲ ਸਬਸਕ੍ਰਾਈਬ ਕਰ ਲਿਓ, ਨਾਲੇ ਵੀਡੀਓ ਜਿਹੜੀਆਂ ਵੀ ਆ ਲਾਈਕ ਸ਼ੇਅਰ ਕਮੈਂਟ ਵੀ ਕਰਿਓ, ਨਾਲੇ ਜਿਹੜੀਆਂ ਰੈਸਪੀਆਂ ਵਿੱਚ ਦਿਖਾਈਆਂ ਹੋਈਆਂ ਉਹਨੂੰ ਘੱਟ ਟਰਾਈ ਵੀ ਕਰਕੇ ਦੇਖਿਓ, ਤੇ ਫਿਰ ਕਮੈਂਟ ਕਰਕੇ ਜ਼ਰੂਰ ਦੱਸਿਓ ਉਹ ਵੀ ਕਿਵੇਂ ਦੀ ਬਣੀ ਹੈ ਚੀਜ਼, ਕਿਵੇਂ ਦੀ ਨਹੀਂ। ਤੇ ਹਾਂਜੀ ਮੰਮੀ ਜੀ, ਭੈਣ ਦਾ ਨਾਂ ਤੁਹਾਡੇ ਕੀ ਲੱਗਦੀ ਆ? ਭਰਾ ਦੀ ਕੁੜੀ। ਤੇ ਉਧਰ ਵੀ ਮੇਰਾ, ਹਾਂ ਮੰਨੂ ਦੇ ਰਹੇ ਟੋਫੀ, ਇੱਕ ਟੋਫੀ ਦੇ ਰਹੇ, ਇੱਕ ਕਿਉਂ ਦੇ ਤੂੰ? ਚੱਲ ਚੀਚੀ ਲੈਣ ਚੱਲ, ਚੀਚੀ ਲੈਣ ਚੱਲੀ, ਲੇ ਚਾਹ ਚੱਲੀ। ਮਾਨੂ ਨੂੰ ਇੱਧਰ ਵੇ, ਮਾਨ ਕੱਪੜੇ ਦੇ ਪ੍ਰੈਸ ਕਰਨ, ਆਹ ਮੇਰਾ ਸੌਂਗ। ਅੱਛਾ ਤੇ ਕੱਪੜੇ ਕੁਪੜੇ ਕਰੋ, ਹਾਂ ਕੋਈ ਨੀ ਮੈਂ ਰੱਖਦਾ। ਕੀ ਹੋਇਆ? ਕੁਛ ਨੀ ਹੁੰਦਾ, ਮੈਂ ਹੁਣ ਕੀ ਕਰਾਂ? ਲਾ ਦੋ ਲਾ ਦੋ ਪਲੀਜ਼, ਮੇਰੀ ਵਾਈਫ ਚਲਾਕ ਬਹੁਤ ਹੈ। ਹਾਂ ਪਰ ਤੈਨੂੰ ਪਤਾ ਨੀ ਹੁਣ ਕਿਹੜਾ ਲੈ ਕੇ ਆ ਗਿਫਟ। ਮਨਪ੍ਰੀਤ ਵਾਸਤੇ ਲੈਂਦਾ ਮੈਂ ਗਿਫਟ, ਤੇ ਹਨਾ ਚਲੋ ਹਾਂਜੀ ਜੀ, ਇੱਥੇ ਮੈਂ ਪਹਿਲੀ ਤੋਂ ਲੈ ਕੇ ਵੀ ਅੱਠਵੀਂ ਤੱਕ ਪੜ੍ਹਿਆ ਕਾਪੜ ਖੇੜੀ ਅੰਮ੍ਰਿਤਸਰ ਸਕੂਲ, ਹਨਾ 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 ਕੰਮ ਸਹੀ ਹੈ। ਤੇ ਇੱਥੇ ਵਿਹਲਾ ਅਸੀਂ ਇੱਧਰ ਪੜ੍ਹਦੇ ਨਹੀਂ ਹਾਂ, ਇੱਥੇ ਇਹ ਲੈ ਗਏ ਪਹਿਲੀ ਤੋਂ ਲੈ ਗਏ ਵੀ ਨਹੀਂ ਆਹ ਜਿਹੜਾ ਪੰਜਵੀਂ ਤੱਕ ਰਿਹਾ ਹਨਾ, ਅਤੇ ਹੁਣ ਉਹ ਤਾਂ ਹੁਣ ਨਵੇਂ ਨਵੇਂ ਵੀ ਹੋਣਦੇ ਤਿਆਰ ਹਨਾ ਗਮ। ਅਤੇ ਆਪਾਂ ਮੈਂ ਤਾਂ ਗਮ ਵੈਸੇ ਪੜ੍ਹਦੇ ਰਹੇ ਆ ਵੀ ਇੱਥੇ ਹੁਣ ਹੋ ਗਏ ਨਵੇਂ ਪੈਣ ਦੇ ਮਕਾਨ, ਸੋਰੀ ਮਕਾਨ ਕਹਿੰਦੇ ਕਲਾਸਾਂ। ਉੱਧਰ ਵੇਖੋ ਸਾਡਾ ਸਕੂਲ, ਇੱਥੋਂ ਵੇਖ ਲਓ ਆਏ ਮੈਂ ਨਾ ਗਮ ਵੀਰੇ ਤੇ ਬੜਾ ਚੇਂਜ ਹੋ ਗਿਆ, ਘੱਟੋ ਘੱਟ ਮੈਂ ਇੱਥੇ ਇੰਨੇ ਸਾਲਾਂ ਬਾਅਦ ਆਇਆ, 24 ਸਾਲਾਂ ਬਾਅਦ ਬੜਾ ਚੇਂਜ ਹੋ ਗਿਆ ਨਾ। ਆਪਣਾ ਉੱਥੇ ਹੁੰਦਾ ਸੀ ਲਾਸਟਲੀ ਹਨਾ, ਉੱਥੇ ਹੁੰਦਾ ਸੀ ਇੱਕ ਆਹ ਹੁੰਦੇ ਆਹ ਤੇ ਉਦੋਂ ਨਹੀਂ ਹੁੰਦੇ ਸੀ, ਇਹ ਵੀ ਹੁੰਦੇ ਸੀ ਮਾੜੇ ਮਾੜੇ, ਪਰ ਆਹ ਵੀ ਨਹੀਂ ਹੁੰਦਾ ਨਾ ਆਹ ਹੁੰਦਾ ਤੇ ਨਾ ਆਹ ਹੁੰਦਾ ਤੇ ਨਾ ਇਹ ਹੁੰਦੇ ਹਨਾ ਹਨਾ ਕੰਮ ਵੀ ਨਾ ਤੇ ਆਹ ਹੁੰਦਾ ਹਨਾ ਤੇ ਨਾ ਉਹ ਹੁੰਦਾ ਤੇ ਨਾ ਇਹ ਹੁੰਦਾ ਨਾ ਉਹ ਹੁੰਦਾ ਨਾ ਇਹ ਹੁੰਦਾ ਇਹ ਹੁਣ ਬਣਿਆ ਸਾਰੇ ਉਹੀ ਹੁੰਦਾ ਹਨਾ ਸਕੂਲ ਆਪਣਾ। ਤੇ ਮੈਂ 24 ਸਾਲਾਂ ਬਾਅਦ ਆਇਆ ਇੱਥੇ, ਬਹੁਤ ਚੇਂਜ ਹੋ ਗਿਆ, ਪਾਰਕਿੰਗ ਹੋ ਗਈ ਇੱਥੇ, ਆਪਣਾ ਜਿਹੜੇ ਹੁੰਦਾ ਨਾ ਪੀੜੀ ਸਰ ਉਹਨੇ ਬੜਾ ਜਾਣਾ ਇੱਥੇ ਘਾਹ ਲਾਓ ਉੱਥੇ ਉਹ ਲਾ, ਇੱਕ ਮਲੂ ਸਰ ਹੁੰਦਾ ਉਹਨੇ ਬੜਾ ਹਿੰਦੀ ਵਾਲਾ ਟੀਚਰ ਹੁੰਦਾ ਸੀ, ਪਰ ਬਹੁਤ ਚੇਂਜ ਹੋ ਗਿਆ ਹਨਾ। ਸਹੀ ਗੱਲ ਸਰ, ਵਿਹਲੋ ਯਾਰ ਹਨਾ ਇਹ ਕੰਮ ਵੀਰ। ਸਹੀ ਗੱਲ ਆਹ ਮੇਰਾ ਹੈਗਾ ਇਹ ਸਕੂਲ ਵੇਖੋ ਜਿੱਥੇ ਮੈਂ ਪੜ੍ਹਦੇ ਰਿਹਾ ਛੋਟੇ ਹੁੰਦੇ, ਵੀ ਇੱਥੇ ਹੁੰਦੀ ਵੀ ਛੋਟੇ ਦੀ ਜੇ ਮੈਂ ਛੋਟਾ ਨਾ ਵੀ ਆਪਣਾ ਵੀ ਬਚਪਨ ਇੱਥੇ ਹੀ ਬਿਤਾਇਆ। ਸਹੀ ਗੱਲ ਬਹੁਤ ਵਧੀਆ ਮੈਨੂੰ ਲੱਗਦਾ ਮੇਰਾ ਸਕੂਲ। ਆਂਦੇ ਬਚਪਨ ਚਲਾ ਗਿਆ
ਤੇ ਜਵਾਨੀ ਚਲੀ ਗਈ ਉਹ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਤੇ ਮੈਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਮੈਂ ਪੜ੍ਹਦਾ ਰਿਹਾ ਇੱਥੇ ਮੇਰੀਆਂ ਭੈਣਾਂ ਇੱਥੇ ਮੇਰੇ ਚਾਚੇ ਦੇ ਮੁੰਡੇ ਸਾਰੇ ਇੱਥੇ ਹੀ ਪੜ੍ਹੇ ਮੈਂ ਉੱਥੇ ਨਾ ਹੀ ਉਹ ਕਲਾਸ 'ਚ ਅਤੇ ਇੱਥੇ ਸਾਨੂੰ ਮਿਲਦੀ ਹੁੰਦੀ ਸੀ ਵੀ ਚੌਲ ਜਾਂ ਮਿਲਦੀ ਹੁੰਦੀ ਕਣਕ ਇੱਥੋਂ ਅਤੇ ਵੇਖ ਲਓ ਕਿੱਡਾ ਸੋਹਣਾ ਹੋ ਗਿਆ ਸਕੂਲ ਨਾ ਆਹ ਵੀ ਸਾਡੇ ਨਾਲ ਹੁੰਦਾ ਜੀ ਚਲੋ ਬਾਬੇ ਦੀ ਮਿਹਰ ਮੈਨੂੰ ਨਾ ਰੱਬ ਦੀ ਮਿਹਰ ਨਾ ਮੈਨੂੰ ਬੜਾ ਹੁਣ ਵੀ ਵਧੀਆ ਲੱਗਿਆ ਹੁਣ ਲੱਗਣ ਵੀ ਬਹੁਤ ਚੇਂਜ ਹੋ ਗਿਆ ਇੱਥੇ ਮੈਂ ਪੜ੍ਹਦਾ ਹੁੰਦਾ ਜੀ ਇੱਥੇ ਹੁੰਦੀ ਪਹਿਲੀ ਕਲਾਸ ਵੀ ਦੂਜੀ ਤੀਜੀ ਅਤੇ ਉੱਥੇ ਦੀ ਚੌਥੀ ਇੱਥੇ ਹੁੰਦੀ ਪੰਜਵੀਂ ਆ ਵੀ ਹੁਣ ਜੇ ਹੋਏ ਨਵੇਂ ਤਿਆਰ ਉਦੋਂ ਉਹ ਹੋਣਦੇ ਨਵੇਂ ਤਿਆਰ ਅਤੇ ਇੱਥੇ ਪਹਿਲਾਂ ਕੱਚਾ ਤਾਂ ਹੁੰਦਾ ਜੀ ਘਰ ਜਿਹਾ ਹੁੰਦਾ ਜੀ ਘਰ ਕਹਿਤਾ ਇਹ ਸਕੂਲ ਹੁੰਦਾ ਜੀ ਉਹ ਵੀ ਛੋਟਾ ਜਿਹਾ ਉਹ ਵੀ ਇਹਨਾਂ ਬੜਾ ਢਾਹ ਤਾ ਅੱਜ ਤੋਂ ਨੌ ਇਹ 10 ਸਾਲ ਪਹਿਲੋਂ ਅਤੇ ਆ ਵੀ ਨਵੇਂ ਹੋਏ ਤਿਆਰ ਅਤੇ ਉਹ ਵੀ ਇੱਥੋਂ ਪਾਣੀ ਪੀਂਦੇ ਨੇ ਜਦੋਂ ਅੱਧੀ ਹੁੰਦੀ ਆ ਛੁੱਟੀ ਇੱਥੋਂ ਪੀਂਦੇ ਨੇ ਪਾਣੀ ਅਤੇ ਬੜਾ ਚੇਂਜ ਹੋ ਗਿਆ ਨਾ ਸਕੂਲ ਸਹੀ ਗੱਲ ਆਹ ਤਾਂ ਹੁਣ ਨਵਾਂ ਹੋਇਆ ਹੈਗਾ ਇਹਦੇ ਤਿਆਰ ਹੋਇਆ ਅਤੇ ਹੁਣ ਵੀ ਆ ਵੀ ਬੰਦੀਆਂ ਹੁਣ ਇੱਥੇ ਪਤਾ ਨਹੀਂ ਕੀ ਹੁਣ ਕੀ ਦਿਆ ਮੈਂ ਨਾ ਇਹਨਾਂ ਦਾ ਮੈਨੂੰ ਨਹੀਂ ਪਤਾ ਹੈਗਾ ਐਡਾ ਵੱਡਾ ਵੇਲੋ ਸਾਡਾ ਸਕੂਲ ਹੁੰਦਾ ਆ ਬਾਰੀਆਂ 'ਚੋਂ ਅਸੀਂ ਕਾਪੀਆਂ ਛੁੱਟ ਛੁੱਟ ਗਏ ਅਤੇ ਬੈਗ ਉੱਤੋਂ ਦੀ ਮਾਰ ਕੇ ਕੰਧ 'ਚ ਛਾਲ ਬੜਾ ਹੁੰਦੇ ਭੱਜਦੇ ਨਹੀਂ ਅਤੇ ਇੱਥੇ ਮੈਂ ਜਦੋਂ ਹੁੰਦਾ ਪੰਜਵੀਂ ਵਿੱਚ ਇੱਥੇ ਹੁੰਦਾ ਮੇਰੀ ਕਲਾਸ ਇੱਥੋਂ ਮੈਂ ਬੈਗ ਸੁੱਟ ਆਹ ਹੁੰਦੀ ਮੇਰੀ ਇੰਨੀ ਜਦੋਂ ਮੈਂ ਪੰਜਵੀਂ 'ਚ ਪੜ੍ਹਦਾ ਮੈਂ ਆਹ ਕਲਾਸ ਇੱਥੋਂ ਮੈਂ ਬੈਗ ਸੁੱਟ ਕੇ ਕਾਪੀਆਂ ਕੁਪੀਆਂ ਅਤੇ ਪਿਆੜੀ ਕੰਧ ਆ ਇੱਥੋਂ ਮਾਰ ਕੇ ਛਾਲ ਮੈਂ ਭੱਜ ਜਾਂਦਾ ਨਹੀਂ ਪਰ ਹੁਣ ਚੇਤੇ ਆਉਂਦਾ ਅਤੇ ਵਾਹਿਗੁਰੂ ਰੱਬ ਮੇਰੇ ਘਰ ਸਕੂਲ ਦਾ ਇੱਥੇ ਫੀਸ ਉਹ ਲੱਗਦੀ ਹੁੰਦੀ ਵੀ ਆਂਟੀ ਹੁੰਦੀ ਸੀ ਇੱਥੇ ਕਾਪੀਆਂ ਪੈੱਨ ਜੋ ਵੀ ਚੀਜ਼ਾਂ ਚੁਜ਼ੀਆਂ ਇੱਥੋਂ ਲੈਂਦੇ ਨਹੀਂ ਅਤੇ ਆਹ ਸਕੂਲ ਦਾ ਟਾਈਮ ਬਹੁਤ ਵਧੀਆ ਲੱਗਦਾ ਮੈਂ ਬਹੁਤ ਕਰਦਾ ਇੰਨੀ ਮਿਸ ਹੁਣ ਫਿਰ ਇੱਥੋਂ ਜਾਂਦੇ ਨਹੀਂ ਅਸੀਂ ਘਰ ਐਂ ਦੀ ਸਾਡੇ ਪਿੰਡ ਦਾ ਛੱਪੜ ਉਹ ਟੈਂਕੀ ਪਿੰਡ ਦੀ ਅਤੇ ਆ ਉਹ ਹੈਗਾ ਕਿ ਮੰਦਰ ਇੱਥੋਂ ਹੁਣ ਆਪਾਂ ਜਾਂਦੇ ਹਾਂ ਵੀ ਘਰ ਉਹ ਜਿਹੜੀ ਮਿੱਠੂ ਚੱਕੀ ਆ ਉਹ ਪਹਿਲਾਂ ਹੁੰਦੀ ਆ ਵੀ ਸਾਡੀ ਹੁੰਦੀ ਵੀ ਚੱਕੀ ਸਾਡਾ ਹੈਗਾ ਨਹੀਂ ਮਕਾਨ ਜਿਹਾ ਇੱਥੇ ਹੁੰਦੀ ਚੱਕੀ ਆ ਉਹ ਸਾਡੀ ਹੁੰਦੀ ਉੱਧਰ ਵੇਖੋ ਮੇਰੀ ਮਾਤਾ ਮੈਨੂੰ ਡਿੱਕਣ ਦੀ ਆ ਹਾਂਜੀ ਤੇ ਕਿੱਥੇ ਚੱਲੇ ਲਵ ਯੂ ਹੱਸਦੀਆਂ ਵੇ ਹੈ ਦੱਸ ਬਹੁਤ ਤੀ ਹੱਸਦੀਆਂ ਨੌਵਾਂ ਸੱਸਾਂ ਨੌ ਤੀ ਨੌ ਸੋਰੀ ਤੇ ਚੱਲ ਕੋਈ ਨੀ ਤੁਹਾਨੂੰ ਸੋਰੀ ਕਹਿਣੀ ਹੋਰ ਕਿਹਨੂੰ ਕਹਿਣੀ ਮੈਂ ਤਾਂ ਕੋਈ ਨੀ ਕੀਤੀ ਹੈ ਸੇਗ
ਆ ਤੇ ਪੈਰਾਂ ਨੂੰ ਛੇਕ ਆ ਮਨ ਪੈਰਾਂ ਨੂੰ ਛੇਕ ਆ ਲੱਗੀ ਸੂਰ ਕਾ ਜਿਹੜੇ ਹੀਟਰ ਲਿਆਂਦਾ ਉਹਨਾਂ ਨੇ ਮੇਰੀ ਜਾਨ ਨੂੰ ਜਾਨ ਪਾਈ ਕੱਲ ਰਾਤ ਟੱਕ ਲੱਗਾ ਬਹੁਤ ਘਾਈ ਤੇ ਹੁਣ ਆਪਾਂ ਚੜ੍ਹਦੀ ਗਲਾਂ ਚ ਮੇਰਾ ਲਾਲੀਆਂ ਲਾਲੀਆਂ ਆਈਆਂ ਪਈਆਂ ਆਹ ਨਜ਼ਾਰਾ ਹੀ ਆਇਆ ਤੇ ਠੰਡ ਬਹੁਤ ਜ਼ਿਆਦਾ ਹੋਈ ਹੈ ਨਾ ਅਤੇ ਅੱਗ ਬਾਲੀ ਆ ਅਤੇ ਬਾਲਣੀ ਵੀ ਚਾਹੀਦੀ ਆ ਅਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਅਤੇ ਅਸੀਂ ਅੱਜ ਸ਼ੋਪਿੰਗ ਕੀਤੀ ਆ ਅਤੇ ਹਨਾ ਵੀ ਮਨ ਮੰਮਾ ਕੀਤੀ ਨੇ ਸ਼ੋਪਿੰਗ ਅੱਜ ਅਤੇ ਆਪਾਂ ਪਰਸੋਂ ਕੱਲ੍ਹ ਹੈਗਾ ਸ਼ੁੱਕਰਵਾਰ ਪਏ ਸ਼ਨੀ ਫਿਰ ਐਤਵਾਰ ਕਿ ਅਸੀਂ ਜੇ ਵੀ ਜਾਣਾ ਭੈਣ ਘਰ ਅਤੇ ਮਨਪ੍ਰੀਤ ਨੇ ਵੀ ਜਾਣਾ ਮੰਮਾ ਨੇ ਮੈਂ ਅਤੇ ਪਾਪਾ ਨੇ ਬਸ ਚੌਵੇਂ ਜਣੇ ਜਾਣਾ ਸਾਡੀ ਫੈਮਿਲੀ 'ਚੋਂ ਬਸ ਹੋਰ ਕਿਸੇ ਨਾਲ ਨਹੀਂ ਜਾਣਾ ਅਤੇ ਬਸ ਅਤੇ ਮੇਰੀ ਨਾਨੀ ਜੀ ਨਾਨਕੇ ਨੇ ਨਾ ਸਾਡੇ ਪਿੰਡ ਪੀਡੱਲਾ ਮੈਂ ਇੱਥੇ ਮਾਮੀ ਨੇ ਮੰਜਾ ਅਤੇ ਮਾਮੇ ਨੇ ਅਤੇ ਮੈਂ ਅਤੇ ਨਾਨੀ ਅਤੇ ਨਾਨਾ ਅਸੀਂ ਜਿਹਨਾਂ ਮਾਮੇ ਵੇਨੇ ਜਦੋਂ ਦੀਪੂ ਦੇ ਪਾਪਾ ਨੇ ਅਤੇ ਸ਼ਹਿਰ ਮਕਾਨ ਨਹੀਂ ਪਾਇਆ ਅਤੇ ਹੈ ਨਾ ਅਤੇ ਨਾ ਜਦੋਂ ਮੈਂ ਨਾ ਛੁੱਟੀਆਂ ਪਈਆਂ ਅਤੇ ਦੀਪੂ ਦੇ ਮਾਮੇ ਨੇ ਮੇਰੇ ਛੋਟੇ ਨੇ ਮਕਾਨ ਕੀਤਾ ਤਿਆਰ ਨਵਾਂ ਵੀ ਬਟਾਲੇ ਅਸੀਂ ਹੁਣ ਉੱਦਾਂ ਪਿੰਡ ਵੀ ਡੱਲੇ ਨਾਨੀ ਨਾਨੀ ਨੇ ਮੈਨੂੰ ਸਵੇਰੇ ਵੀ ਰੋਟੀ ਪਾ ਕੇ ਨਾ ਮਾਮੀ ਨੇ ਵੀ ਮੈਨੂੰ ਅਤੇ ਮਾਮੇ ਨੇ ਭੇਜ ਦੇਣਾ ਸੀ ਸ਼ਾਮੀ ਆਉਂਦੇ ਹੁੰਦੇ ਸੀ ਅਤੇ ਪਾਣੀ ਪੂਣੀ ਲਾਉਣ ਮੈਂ ਤਾਂ ਵੀ ਦੀਪੂ ਨੇ ਜਾਣਾ ਹੁੰਦਾ ਸੀ ਅਤੇ ਬੜਾ ਮਜ਼ਾ ਆਇਆ ਨਾਨੀ ਮੇਰੇ ਨੇ ਜਦੋਂ ਮੈਂ ਜਾਣਾ ਨਾਨੀ ਮੇਰੇ ਨੇ ਖੀਰ ਅਤੇ ਸੇਵੀਆਂ ਨਾਨੀ ਮੇਰੀ ਆਪਣਾ ਖਾਣਾ ਕਰ ਦਿੰਦੀ ਤਿਆਰ ਹਾਂ ਵੱਖਰਾ ਕਰ ਦਿੰਦੀ ਤਿਆਰ ਉੱਥੇ ਜਿੱਥੇ ਹੁੰਦੀ ਪਿੰਡ ਅਤੇ ਉਹਨੇ ਨਿੱਕੇ ਨਿੱਕੇ ਹਾਂ ਅਤੇ ਸਾਡੀ ਨਾਨੀ ਨੇ ਸੇਵੀਆਂ ਦੀ ਪਿੰਨੀਆਂ ਜਿਹੜੀਆਂ ਹੁੰਦੀਆਂ ਪੀਜ਼ਾ ਆਲਸੀ ਦੀ ਪਿੰਨੀਆਂ ਉਹਨੇ ਨਾ ਜਿਹੜਾ ਹੁੰਦਾ ਸੰਦੂਕ ਹੁੰਦਾ ਉਹਦੇ ਵਿੱਚ ਉਹਨੇ ਲਗਾ ਦੇਣੀਆਂ ਅਤੇ ਮੈਂ ਅਤੇ ਮਾਮੇ ਦਾ ਮੁੰਡਾ ਛੋਟਾ ਮਨਦੀਪ ਮੰਡਾਰੂ ਅਤੇ ਮੈਂ ਅਤੇ ਉਹਨੇ ਨਾ ਪਿਓ ਨੇ ਨਾ ਵੀ ਬੂਹੇ ਤੁਹਾਨੂੰ ਚੱਕਣਾ ਵੀ ਕੋਈ ਆਉਣ ਨਹੀਂ ਦਿਆ ਮੈਂ ਮਿੰਟੋ ਮਿੰਟ ਫਿਰ ਸੇਵੀਆਂ ਪਿੰਨੀਆਂ ਮੈਂ ਦੋ ਤਿੰਨ ਬੁੱਚ ਪਾ ਕੇ ਇਹ ਖਾਣੇ ਨੇ ਅਤੇ ਨਾਨੇ ਨੇ ਨਾ ਪਾਠ ਖਾਧਾ ਹੁੰਦਾ ਜਦੋਂ ਜਾਂਦਾ ਪਾਠ ਕਰਨਾ ਅਤੇ ਆਉਂਦਾ ਹੁੰਦਾ ਸ਼ਾਮੀ ਅਤੇ ਉਹਨੇ ਨਾ ਵੀ ਆਪਣੇ ਵੀ ਕੁੱਤਾ ਮੈਂ ਵਾਕੇ ਦਾ ਹੁੰਦਾ ਨਹੀਂ ਵੀ ਬੋਝਾ ਉਹਦੇ ਵਿੱਚ ਪੈਸੇ ਰੱਖਦਾ ਹੁੰਦਾ ਜੀ ਅਤੇ ਝੋਨਾ ਝੋਨਾ ਵੀ ਇਹਦਾ ਵੇਚ ਕੇ ਨਾਨੀ ਨੇ ਫਿਰ ਉਹਨੂੰ ਵੀ ਕੁਲਫੀਆਂ ਖਵਾਉਣੀਆਂ ਬੜਾ ਇੰਜੋਏ ਕੀਤਾ ਅਤੇ ਇੱਕ ਦਿਨ ਨਾਨੀ ਨੇ ਨਾ ਪੈਲੀ ਵਿੱਚ ਲੈ ਗਿਆ ਅਤੇ ਮਨਦੀਪ ਉਦੋਂ ਆਇਆ ਸਕੂਲੋਂ ਅਤੇ ਸੌ ਗਿਆ ਉਹ ਅਤੇ ਆਉਂਦਾ ਵੀ ਖੂਹ ਵਿੱਚੋਂ ਨਾ ਆਪਾਂ ਪੱਤੇ ਪੁੱਤੇ ਆਪਣਾ ਹੈ ਨਾ ਵੀ ਕੱਢਣੇ ਖੂਹ 'ਚ ਆਪਾਂ ਕਰਨੀ ਸਫਾਈ ਕਰਨੀ ਖੂਹ ਵਿੱਚੋਂ ਓਏ ਉਹ ਖੂਹ ਜਿਹੜਾ ਵੀ ਜਿਹੜਾ ਬੰਬੀ ਦਾ ਜਿਹੜੀ ਮੋਟਰ ਨਹੀਂ ਹੁੰਦੀ ਜਿਹੜਾ ਖੂਹ 'ਚ ਹੁੰਦਾ ਮੋਟਰ ਵਿੱਚੋਂ ਪਾਣੀ ਨਹੀਂ ਕੱਢਦੇ ਖੂਹ ਹੁੰਦਾ ਜਿਹੜਾ ਯਾਰ ਨਹੀਂ ਉਹ ਤਾਂ ਹੈਗਾ ਰਾਹ ਜਿਹਨੇ ਮੋਟਰ ਵਿੱਚੋਂ ਜਿਹੜੀ ਵੀ ਆਪਾਂ ਪਾਣੀ ਪੂਣੀ ਹੈ ਕੱਢਦੇ ਹੈਗਾ ਜੀ ਪੈਲੀ ਵਿੱਚ ਜੇ ਖੂਹ ਜੇ ਤਲਿਓ ਭਾਈ ਆਪਣੇ ਮਾਮੇ ਨੂੰ ਪੁੱਛ ਲਿਓ ਅਤੇ ਅਸੀਂ
ਤੇ ਫਿਰ ਅਸੀਂ ਉਹ ਚੋਂ ਫਿਰ ਪੱਤੇ ਪੁੱਤੇ ਕੱਢ ਕੇ ਮੈਨੂੰ ਸੌ ਜਾਂਦਾ ਨਾ ਮੈਂ ਨੈ ਸ਼ਾਮ ਦੀ ਠੰਡੀ 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 ਐਨ ਨਜ਼ਾਰੇਦਾਰ ਹਾਂ ਕੇਲੇ ਤੇ ਨਾਲੇ ਪੀ ਹਾਂ ਮਰੂਦ ਵੀ ਹਾਂ ਗੱਲਾਂ ਖੇਤਾਂ ਚ ਹਾਂ ਗੰਨੇ ਹੁੰਦੇ ਸ਼ਗਲ ਗੰਦੀ ਇੱਕ ਜਿਹੜਾ ਹੋਰ ਹੁੰਦਾ ਉਹਦਾ ਤੇਰੀ ਤਾਈ ਦਾ ਨਾਂ ਕੀ ਆ ਨਾਂ ਕੀ ਉਹਦਾ ਹਾਂ ਹਾਂ ਵੀ ਬਚਨੇ ਉਹ ਸਾਈਕਲ ਤੇ ਜਾਂਦਾ ਹੁੰਦਾ ਸੀ ਹਾਂ ਵਿਚਾਰਾ ਹਾਂ ਉਹ ਵੀ ਹੁੰਦਾ ਵੱਡਾ ਭਰਾ ਦੋਵੇਂ ਤਾਈ ਜਾਂਦੇ ਹੁੰਦੇ ਤੇ ਤਾਈ ਦਾ ਨਾਂ ਕੀ ਜਿਹੜਾ ਪੀ ਹਾਂ ਸੋਨੂ ਦੀ ਪੀ ਨਾਨੀ ਦਾ ਨਾਂ ਕੀ ਗਿਆਨੋ ਕੌਰ ਹੈਨਾ ਉੱਥੇ ਵੀ ਜਾਂਦੇ ਨਹੀਂ ਚੇਤਾ ਹਾਲੇ ਵੀ ਹੁੰਦਾ ਪਹਿਲਾਂ ਪਰ ਇੰਜੋਏ ਬੜਾ ਕੀਤਾ ਜੀ